ਸਾਲ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਜੇਕਰ ਫਾਜ਼ਿਲਕਾ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਕੁਝ ਸਾਲ ਪਹਿਲਾਂ ਇੱਥੇ ਪਾਣੀ ਦਾ ਪੱਧਰ 40 ਫੁੱਟ ਨੀਵਾਂ ਸੀ, ਜੋ ਹੁਣ 200 ਫੁੱਟ ਹੇਠਾਂ ਚਲਿਆ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਝੋਨੇ ਦੀ ਫਸਲ ਲਈ ਵੱਧ ਪਾਣੀ ਦੀ ਲੋੜ ਪੈਂਦੀ ਹੈ, ਇਸ ਲਈ ਹਰ ਸਾਲ ਉਨ੍ਹਾਂ ਨੂੰ ਬੋਰ ਡੂੰਘੇ ਕਰਵਾਉਣੇ ਪੈਂਦੇ ਨੇ। ਪਹਿਲਾਂ ਇਹ ਇਲਾਕਾ ਨਰਮਾ ਪੱਟੀ ਵਜੋਂ ਜਾਣਿਆ ਜਾਂਦਾ ਸੀ। ਕਿਸਾਨ ਉਹੀ ਫਸਲ ਬੀਜਦੇ ਸੀ ਜੋ ਸਰਕਾਰ ਖਰੀਦ ਕਰਦੀ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਹੋਰ ਫਸਲਾਂ ਦੀ ਖਰੀਦ ਕਰਨੀ ਸ਼ੁਰੂ ਕਰੇ ਤਾਂ ਕਿਸਾਨ ਇਸ ਫਸਲੀ ਚੱਕਰ ਤੋਂ ਬਾਹਰ ਆ ਸਕਦੇ ਨੇ, ਪਰ ਸਰਕਾਰ ਇਸ ਪਾਸੇ ਗੰਭੀਰ ਨਹੀਂ। ਹਰ ਸਾਲ ਨਵਾਂ ਬੋਰ ਕਰਨਾ ਪੈਂਦਾ ਹੈ, ਉਸ ਬੋਰ 'ਤੇ 2.5 ਤੋਂ 3 ਲੱਖ ਰੁਪਏ ਖਰਚਾ ਹੈ ਅਤੇ ਪਾਣੀ ਦਾ ਲੈਵਲ ਬਹੁਤ ਡੂੰਘਾ ਜਾਣ ਕਰਕੇ ਕਿਸਾਨ ਵੀ ਦੁਖੀ ਹੈ ਅਤੇ ਸਰਕਾਰਾਂ ਇਹਦਾ ਕੋਈ ਉਪਾਅ ਕਰੇ, ਕੋਈ ਦੂਸਰੀ ਫਸਲ ਦਾ ਇੰਤਜ਼ਾਮ ਕਰੇ, ਜਿਵੇਂ ਨਰਮਾ ਹੋਰ ਗੰਨੇ ਦੀ ਖੇਤੀ ਜਾਂ ਕੋਈ ਹੋਰ ਕਰਾਵੇ, ਉਹਦੇ ਭਾਅ ਦਾ ਕੋਈ ਫਿਕਸ ਰੇਟ ਕਰੇ। ਅੱਗੇ ਬੋਰ ਸੀਗਾ ਜੀ ਖੂਹੀ ਵਾਲਾ, ਉਹਦਾ ਪਾਣੀ ਡਾਊਨ ਹੋ ਗਿਆ, ਸਾਲ ਹੋ ਗਿਆ ਜੀ, ਅਤੇ ਮੁੜ ਕੇ ਹੁਣ ਡੂੰਘਾ ਕਰਾ ਰਹੇ। ਅੱਗੇ 40 ਫੁੱਟਾਂ ਤੋਂ ਚੱਲੇ ਆ ਜੀ, ਅਤੇ ਹੁਣ 200, 150, 300 ਤੱਕ ਜਾਂਦੀ ਹੈ ਜੀ, ਤਾਂ ਬੀਜਦੇ ਹਾਂ ਜੀ। ਪਾਣੀ ਤਾਂ ਦਿਨੇ ਰਾਤ ਚੱਲਦਾ, ਜੇ ਪਾਣੀ ਖੜ੍ਹਾ ਹੀ ਰਹਿਣਾ ਉਹਦੇ, ਹੁਣ ਮੰਗ ਹੁਣ ਸਰਕਾਰ ਹੀ ਕੱਢੇ, ਕੋਈ ਹੋਰ ਫਸਲ ਕਰ ਦਿਓ ਤਾਂ ਖਰੀਦਣ ਲੱਗ ਜੀ, ਕਿਸਾਨ ਨਾਲ ਫਾਇਦਾ। ਇਸ ਬਾਰੇ ਟਿਊਬਵੈਲ ਬੋਰ ਕਰਨ ਵਾਲੇ ਬਲਵੰਤ ਸਿੰਘ ਦਾ ਕਹਿਣਾ ਹੈ ਕਿ ਹਰ ਸਾਲ ਉਹ ਨਵੇਂ ਬੋਰ ਕਰਦੇ ਨੇ, ਪਾਣੀ ਦਾ ਪੱਧਰ ਬਹੁਤ ਨੀਵਾਂ ਚਲਿਆ ਗਿਆ ਹੈ। 340 ਫੁੱਟ ਕਿੰਨੀਆਂ ਕੁ ਜਗ੍ਹਾ 'ਤੇ ਬੋਰ ਕਰ ਚੁੱਕੇ ਹੋ? 4-5 ਕੀਤੇ ਆ। ਪਾਣੀ ਕਿੰਨੇ ਕੁ ਡੂੰਘੇ ਚਲੇ ਗਏ ਨੇ? ਪਾਣੀ ਡੂੰਘੇ ਬਹੁਤ। ਪੁਰਾਣੇ ਜਿਹੜੇ ਬੋਰ ਸੀ ਉਹ ਕਿੰਨੇ ਖਤਮ ਹੋ ਚੁੱਕੇ ਨੇ? ਬਹੁਤ ਹੀ ਖਤਮ ਹੋ ਗਏ, ਪਾਣੀ ਆਇਆ ਨਹੀਂ। ਜੇਕਰ ਪੰਜਾਬ ਵਿੱਚ ਪਾਣੀ ਦੇ ਪੱਧਰ ਨੂੰ ਸਥਿਰ ਰੱਖਣ ਲਈ ਛੇਤੀ ਕੋਈ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ, ਇਸ ਲਈ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।